ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਉਮੀਦ ਕਰਦੀ ਸਾਰੇ ਜਣੇ ਬਹੁਤ ਵਧੀਆ ਹੋਵੇ। ਅਤੇ ਸ਼ੁਰੂ ਕਰਦੇ ਅੱਜ ਦਾ ਵਲੋਗ। ਅਤੇ ਆਪਾਂ ਜਿਹੜਾ ਸਾਰਾ ਕੰਮ ਜਿਹੜਾ ਉਹ ਕਰ ਲਿਆ ਵਾ ਅਤੇ ਆਪਾਂ ਫ੍ਰੀ ਹੋ ਗਏ ਹੁਣ, ਕਿਉਂਕਿ ਅੱਜ ਸਾਰਾ ਕੰਮ ਜਿਹੜਾ ਮੈਂ ਕੀਤਾ। ਮੰਮੀ ਠੀਕ ਨਹੀਂ ਅੱਜ, ਮੰਮੀ ਦੀ ਕੱਲ੍ਹ ਪਰਸੋਂ ਜਿਹੜੀ ਡਿਕਸੀ ਹਿੱਲੀ ਆ, ਅਤੇ ਇਸ ਕਰਕੇ ਜਿਹੜਾ ਮੰਮੀ ਕੋਈ ਵੀ ਭਾਰਾ ਕੰਮ ਜਿਹੜਾ ਉਹ ਨਹੀਂ ਕਰਨਾ, ਅਤੇ ਮੰਮੀ ਕੋਈ ਵੀ ਕੰਮ ਨਹੀਂ ਕੀਤਾ, ਅਤੇ ਇਸ ਕਰਕੇ ਮੈਂ ਇੱਥੇ ਆ। ਨਹੀਂ ਤਾਂ ਮੈਂ ਮਤਲਬ 2 ਦਿਨ ਪਹਿਲਾਂ ਹੀ ਚੱਲ ਜਾਣਾ ਸੀ, ਅਤੇ ਮੰਮੀ ਡਿਕਸੇ ਲੱਗੀ, ਇਸ ਕਰਕੇ ਮੈਂ ਜਿਹੜੀ ਜਾ ਨਹੀਂ ਪਾਈ। ਅਤੇ ਵੇਖੋ, ਆਈ ਹੋਪ ਆ ਜੇ ਅੱਜ ਮੈਂ ਚੱਲ ਗਈ ਤਾਂ ਠੀਕ ਆ, ਨਹੀਂ ਤਾਂ ਫਿਰ ਕੱਲ੍ਹ ਪੱਕਾ ਜਿਹੜਾ ਉਹ ਚੱਲ ਜਾਣਾ ਘਰ। ਅਤੇ ਆਪਾਂ ਸਾਰਾ ਕੰਮ ਜਿਹੜਾ ਉਹ ਕਰ ਲਿਆ, ਅਤੇ ਡਾਕਟਰ ਨੂੰ ਬੁਲਾਇਆ ਹੈ। ਕੱਲ੍ਹ ਵੀ ਮੰਮੀ ਨੇ ਮਤਲਬ ਉਹ ਠੀਕ ਕਰਵਾਇਆ ਸੀ, ਡਿਕਸ ਠੀਕ ਕਰਾਈ, ਬਟ ਜਿਹੜਾ ਫਰਕ ਨਹੀਂ ਪਿਆ। ਅਤੇ ਅੱਜ ਫਿਰ ਸਵੇਰ ਦਾ ਫੋਨ ਕੀਤਾ ਡਾਕਟਰ ਨੂੰ, ਅਤੇ ਆਉਣਗੇ ਤਾਂ ਫਿਰ ਮੰਮੀ ਮੈਡੀਸਿਨ ਲੈਣਗੇ, ਅਤੇ ਫਿਰ ਜਿਹੜਾ ਉਹ ਥੋੜ੍ਹਾ ਠੀਕ ਹੋਣਗੇ। ਵੈਸੇ ਮੰਮੀ ਨੂੰ ਜਿਹੜਾ ਉਹ ਨੂੰਹ ਰਾਣੀ ਦਾ ਵੀ ਬੜਾ ਹੋ ਗਿਆ ਕਿ ਮਤਲਬ ਇਹਨੇ ਵੀ ਮੇਰੇ ਵੱਲੋਂ ਕਿ ਇਹਨੇ ਵੀ ਆਪਣੇ ਘਰ ਚੱਲ ਜਾਣਾ, ਅਤੇ ਉਹ ਜਿਹੜਾ ਉਹ ਵੀ ਚੱਲ ਗਈ ਆ, ਅਤੇ ਮੰਮੀ ਇਕੱਲੇ ਰਹਿਣ। ਇਸ ਕਰਕੇ ਵੀ ਮੰਮੀ ਥੋੜ੍ਹਾ ਫੀਲ ਹੁੰਦਾ ਪਿਆ, ਇਸ ਕਰਕੇ ਥੋੜ੍ਹਾ ਆਪਣੇ ਆਪ ਨਾ ਵੀਕ ਫੀਲ ਕਰਦੇ ਪਏ ਆ। ਅਤੇ ਕੰਮ ਤਾਂ ਮੈਂ ਵੈਸੇ ਕਰਤਾ ਸਾਰਾ, ਪਰ ਕਿੰਨੇ ਕੁ ਦਿਨ ਮੈਂ ਕਰਨਾ ਨਾ ਕੰਮ, ਅੱਜ ਨਹੀਂ ਕੱਲ੍ਹ ਆਪਣੇ ਘਰ 'ਤੇ ਜਾਣਾ ਹੀ। ਅਤੇ ਇਸ ਕਰਕੇ ਜਿਹੜਾ ਮੰਮੀ ਨੂੰ ਅੱਜ ਫਿਰ ਦਵਾਈ ਦਵਾਉਂਦੇ ਹਾਂ ਅਤੇ ਠੀਕ ਹੋ ਜਾਣਗੇ, ਅਤੇ ਫਿਰ ਆਪਾਂ ਆਪਣੇ ਘਰ ਚੱਲ ਜਾਵਾਂਗੇ। ਵੈਸੇ ਵੀ ਮੇਰਾ ਥੋੜ੍ਹਾ ਦਿਲ ਨਾ ਲੱਗਦਾ ਨਹੀਂ ਪਿਆ, ਅਤੇ ਕਦੀ ਕਦੀ ਹੁੰਦਾ ਨਾ ਕਿ ਥੋੜ੍ਹੇ ਦਿਨ ਮਤਲਬ ਜਿਹੜਾ ਉਹ ਠੀਕ ਲੱਗਦਾ, ਫਿਰ ਬਾਅਦ 'ਚੋਂ ਜਿਹੜਾ ਆਪਣੇ ਘਰ ਜਿਹੜੀ ਉਹ ਯਾਦ ਆਉਣ ਲੱਗ ਪੈਂਦੀ। ਅਤੇ ਆਪਣੇ ਘਰ ਜਾਵਾਂਗੇ, ਫਿਰ ਉੱਥੋਂ ਦੇ ਵਲੌਗ ਬਣਾਵਾਂਗੇ। ਅੱਜ ਜਿਹੜਾ ਉਹ ਡੈਡੀ ਵੀ ਘਰ ਨਹੀਂ, ਮੰਮੀ ਵੀ ਘਰ ਨਹੀਂ, ਉਹ ਕਿਤੇ ਕੰਮ ਗਏ ਹੋਏ ਆ। ਅਤੇ ਪਤਾ ਨਹੀਂ ਕਿਉਂ ਮੇਰਾ ਦਿਲ ਨਹੀਂ ਲੱਗਦਾ ਪਿਆ। ਕੱਲ੍ਹ ਤਾਂ ਨਾ ਜਦੋਂ ਟਾਈਗਰ ਦੀ ਡੈਥ ਹੋ ਗਈ, ਅਤੇ ਕੱਲ੍ਹ ਦਾ ਮੇਰਾ ਨਾ ਮਨ ਜਿਹਾ ਬੜਾ ਉਦਾਸ ਆ ਗਿਆ, ਮੈਂ ਨਾ ਜਲਦੀ ਘਰ ਚਲ ਜਾ, ਪਤਾ ਨਹੀਂ ਕਿਉਂ। ਦੂਰ ਨਹੀਂ ਜਾਣਾ ਅੱਛਾ, ਆਈ ਠੀਕ ਨਹੀਂ ਹੈ ਮੰਮੀ, ਪਰ ਫਿਰ ਵੀ ਕੰਮ ਕਰਦੇ ਰਹਿਣਾ, ਭਾਵੇਂ ਲੇਟ ਕੇ ਕਰੀਏ ਭਾਵੇਂ ਬੈਠ ਕੇ ਕਰੀਏ, ਕੰਮ ਜਿਹੜਾ ਉਹ ਕਰਦੇ ਰਹਿਣਾ। ਮੰਮੀ ਡਿਕਸ ਦੀ ਪ੍ਰੋਬਲਮ ਆ, ਅਤੇ ਕੱਲ੍ਹ ਪਰਸੋਂ ਦੀ ਥੋੜ੍ਹੀ ਜ਼ਿਆਦਾ ਹੀ ਹੋ ਗਈ। ਫਤਿਹ ਨਮਿਸ਼ ਆ ਜਾ, ਫਰੈਸ਼ ਪਾਣੀ ਦੇ ਦੇ। ਪਾਣੀ ਪੀਣਾ? ਹਾਂ ਫਰੈਸ਼ ਪਾਣੀ। ਫਰੈਸ਼ ਕੌਣ ਸਾ ਹੁੰਦਾ ਪਾਣੀ? ਠੰਡਾ। ਅੱਛਾ ਠੰਡਾ ਨਹੀਂ ਦੇਣਾ? ਨਹੀਂ ਥੋੜ੍ਹਾ ਸਾ ਨਹੀਂ ਦੇਣਾ, ਥੋੜਾ ਸਾ ਠੰਡਾ ਪਾਣੀ ਦੇ ਦੇ, ਥੋੜਾ ਸਾ ਠੰਡਾ ਪਾਣੀ ਦੇ ਦੇ। ਯੇ ਉੱਤਰ ਜਾ, ਯੇ ਲੋ ਥੋੜਾ ਸਾ ਠੰਡਾ, ਯੇ ਲੋ ਥੋੜਾ ਸਾ ਨਹੀਂ ਠੰਡਾ ਹੀ ਹੈ, ਠੰਡਾ ਹੀ ਪਾਣੀ ਪੀ ਲੈ। ਆ ਸੂਈ ਜ਼ਰੂਰ ਬਤਾਨਾ, ਆਪਕੋ ਅੱਛੀ ਲਗੀ ਯਾ ਨਹੀਂ। ਨਹੀਂ ਦੱਸ, ਘਰ ਮੈਂ ਜਾਣਾ। ਹਾਂ ਜਾਣਾ ਹੈ ਅਭੀ, ਆਪ ਪਹਿਲੇ ਹਮ ਦੀਦੀ ਕੇ ਪਾਸ ਜਾਏਗੇ ਫਿਰ ਘਰ ਜਾਣਾ। ਮੇਰਾ ਤਾਂ ਦਿਲ ਲੱਗ ਰਿਹਾ, ਮੈਂ ਤਾਂ ਜਾ ਰਹੀ ਘਰ ਮੈਂ। ਨਹੀਂ ਤੁਮ ਜਾਣਾ ਹੈ, ਆ ਘਰ ਤੇ ਜਾਣਾ ਹੈ ਨਾ। ਮੈਂ ਵੀ ਤੁਮਾਰਾ ਦਿਲ ਲੱਗ ਰਿਹਾ, ਵੀ ਘਰ ਜਾਣਾ ਹੈ। ਹਾਂ ਦਾਦੀ ਪਾਸ ਜਾਣਾ। ਮਾਮੂ ਨੂੰ ਆ ਲੈਂਦਾ, ਨਾਨੂ ਨੂੰ ਆ ਲੈਂਦਾ, ਫਿਰ ਜਾਂਦੇ ਘਰ। ਓਕੇ ਕਿਸਕੋ ਕਿਸਕੋ ਪਿਆਰ ਕਰਦੇ? ਮੈਂ ਮੰਮਾ ਕੋ, ਪਾਪਾ ਕੋ, ਔਰ ਮੰਮੀ ਪਾਪਾ ਕੋ, ਇੱਕ ਔਰ ਮੰਮੀ ਪਾਪਾ ਕੋ, ਔਰ ਬੁਆ ਔਰ ਚਾਚੀ ਕੋ। ਹਾਂ ਸਭੀ ਕੋ ਪਿਆਰ ਕਰਤਾ? ਕਿਤਨਾ ਸਾਰਾ? ਔਰ ਮਾਮੂ ਕੋ ਵੀ। ਅੱਛਾ ਕਿਤਨਾ ਸਾਰਾ ਪਿਆਰ ਕਰਤਾ? ਕਿਤਨਾ ਜ਼ਿਆਦਾ। ਅੱਛਾ ਟਾਈਮ ਹੋ ਚੁੱਕਾ ਦੁਪਹਿਰ ਦਾ, 1:30 ਵੱਜ ਚੁੱਕੇ ਆ, ਅਤੇ ਇਹਨਾਂ ਨੂੰ ਮੈਗੀ ਬਣਾ ਦਿੰਦੇ ਹਾਂ 2 ਪੈਕਟ। ਮੈਨੂੰ ਭੁੱਖ ਲੱਗੀ ਕਿਉਂਕਿ ਆਪਾਂ ਬਣਾਇਆ ਰੋਂਗੀ ਬਣਾਈ, ਪਰ ਰੋਂਗੀ ਕਹਿੰਦੇ ਖਾਣੀ ਨਹੀਂ ਆਪਾਂ, ਆਪਾਂ ਖਾਣੇ ਆ ਮੈਗੀ ਖਾਣੀ।
ਤੇ ਆਪਾਂ ਦੋ ਪੈਕਟ ਇਹਨਾਂ ਨੂੰ ਮੈਗੀ ਬਣਾ ਦਿੰਦੇ ਹਾਂ। ਨਮੀਸ਼ चलो मैगी बना देने भुख लगी इन्हें फिर बाद चो खाना खवानी है तो फिर इन्हें जाना ट्यूशन ते ट्यूशन ते जाएगा चप्पा ना थोड़ा जहा नमक पा लेंगे थोड़ा जहा नमक पा लेंगे तो यह बहुत ज़्यादा स्वाद बनेगी जो तुम ओरिगैनो पा लोगे तो ओदा स्वाद जड़ा वो ज़्यादा हो जाएगा। ओरिगैनो पा लो या चिली फ्लेक्स पा दो बना के ना बना के मैं लेके आ गई आ रही वीडियो नू मत वा जिहड़ा शेयर कर दिया करो सबसक्राइब कर लिया करो चैनल नू ते एक मिनट बाहर कोई आया घर कोई आया हूं ते आपां चाह बना लैने हूं पानी मेरे पीता अदरक वाली चाह बनावांगे आपे भी ना थोड़ी जी लो फील होण डिया थोड़ी चाह पी लेने बच्चों वास्ते मैगी बन रही है उधर हैप्पी का भी फोन आया वह भी चाह बना दी वह भी चाह की बड़ी शौकीन है तो आप भी जी चाह बना लेने आप उपर बैठे ही सारे तो कटिंग करा ली पागल लगे पर आउट आउट नहीं लगन दा कोई मुल्ले जच गए पहले भी इदा ही इन्हें फिर बाहर रख ले पर हुण भी आउट जन लगन जच गया पासपोर्ट ते भी इदा दी फोटो है ना पासपोर्ट ते भी इदा दी फोटो है ते इस करके ने करा ले क्योंकि बाद च जड़ी कोई प्रॉब्लम ना आवे इस करके ने करा मस्ती चलन दी इन्हां दी अपनी ला जा कलोनी चले माड़ा जा ये सी मेरा अज दा छोटा जिहा व्लॉग तो वीडियो अच्छी लगी हो तो वीडियो लाइक कर दो शेयर कर दो तो कमेंट जरूर कर दिया करो कि वीडियो तुहानू मतलब किस तरह की लगी जां तुसीं की मतलब कि किदां दी वीडियो जिहड़ी वेखना चाहुंदे हो तो चैनल जिहड़ा सबसक्राइब कर दिया करो बैल आइकन प्रेस कर दिया करो बाय।